ਬਾਈਸਾਈਕਲ ਚਲਾਈ ਜਾਂਦੇ ਹੋ, ਉਹ ਤੁਹਾਡੀ ਕੀ ਲੱਗਦੀ ਜਿਹਨੂੰ ਪਿੱਛੇ ਬਟਾਈ ਜਾਂਦੇ ਹੋ, ਤੁਹਾਡੀ ਕੀ ਲੱਗਦੀ ਜਿਹਨੂੰ ਪਿੱਛੇ ਬਟਾਈ ਜਾਂਦੇ ਹੋ। ਫਤਿਹਗੜ੍ਹ ਸਾਹਿਬ ਦੇ ਵਿੱਚ ਤੀਆਂ ਦਾ ਜਿਹੜਾ ਤਿਉਹਾਰ ਹੈ ਮਨਾਇਆ ਗਿਆ, ਜਿਵੇਂ ਜੋ ਸਾਡਾ ਲਾਅ ਪ੍ਰੋਫੈਸ਼ਨ ਹੈ, ਲਾਇਰਸ ਜੋ ਹੁੰਦੇ ਆਪਣਾ ਜੋ ਲੇਡੀਜ਼ ਮੈਂਬਰ ਨੇ, ਬਹੁਤ ਹੀ ਆਪਣਾ ਸਾਰਾ ਦਿਨ ਆਪਣਾ ਬਿਜ਼ੀ ਰਹਿੰਦੇ ਨੇ, ਆਪਣਾ ਕੋਰਟ ਦੇ ਵਿੱਚ ਕਲਾਇੰਟਾਂ ਦਾ ਇੰਨਾ ਪ੍ਰੈਸ਼ਰ ਹੁੰਦਾ, ਕੋਰਟ ਦਾ ਇੰਨਾ ਕੰਮ ਹੁੰਦਾ। ਤੀਆਂ ਦਾ ਜੋ ਇੱਕ ਤਿਉਹਾਰ ਹੈ, ਇੱਕ ਖੁਸ਼ਹਾਲੀ ਦਾ ਤਿਉਹਾਰ ਹੈ, ਅੱਜ ਉਹਨਾਂ ਨੇ ਆਪਣੀਆਂ ਇੱਥੇ ਸਾਰੀਆਂ ਨੇ ਬੈਠ ਕੇ ਡਿਸਕਸ਼ਨ ਕੀਤਾ, ਇਸ ਫੈਸਟੀਵਲ ਨੂੰ ਮਨਾਇਆ, ਤਾਂ ਕਿ ਖੁਸ਼ੀਆਂ ਜਿਹੜਾ ਤੀਆਂ ਦਾ ਮਤਲਬ ਹੈ ਕਿ ਆਪਣਾ ਤਿਉਹਾਰ ਦਾ ਮਤਲਬ ਹੈ ਖੁਸ਼ੀਆਂ ਨੂੰ ਆਪਸ ਦੇ ਵਿੱਚ ਸ਼ੇਅਰ ਕਰਨਾ। ਅੱਜ ਉਹਨਾਂ ਨੇ ਆਪਣੀ ਖੁਸ਼ੀਆਂ ਨੂੰ ਸ਼ੇਅਰ ਕੀਤਾ ਅਤੇ ਬਹੁਤ ਚੰਗਾ ਲੱਗਿਆ ਆਪਣਾ। ਇਸੇ ਤਰ੍ਹਾਂ ਉਹ ਹਰ ਸਾਲ ਇਹ ਖੁਸ਼ੀਆਂ ਮਨਾਉਂਦੇ ਰਹਿਣ, ਆਪਣਾ ਉਹਨਾਂ ਦੇ ਪਰਿਵਾਰ ਵਿੱਚ ਵੱਧ ਤੋਂ ਵੱਧ ਖੁਸ਼ੀਆਂ ਆਉਣ ਅਤੇ ਆਪਣੇ ਪ੍ਰੋਫੈਸ਼ਨ ਵਿੱਚ ਵੀ ਗਰੋ ਕਰਨ, ਇਹੀ ਸਾਰਿਆਂ ਨੂੰ ਬੈਸਟ ਵਿਸ਼ਿਸ਼ ਨੇ। ਵਕੀਲਾਂ ਲਈ ਤੁਸੀਂ ਪਟੀਸ਼ਨ ਦਾਇਰ ਕੀਤੀ ਸੀ, ਉਹਦਾ ਲੈ ਕੇ ਵੀ ਤੁਹਾਨੂੰ ਸਨਮਾਨ ਕੀਤਾ ਗਿਆ, ਫਿਰ ਉਹਦੇ ਬਾਰੇ? ਇੱਕ ਤਾਂ ਜੀ ਅਸੀਂ ਨੇ ਇਨਰੋਲਮੈਂਟ ਫੀਸ ਵੀ ਕੀਤਾ ਸੀ ਕਿ ਜੋ ਇਨਰੋਲਮੈਂਟ ਫੀਸ ਹੈ ਬਾਰ ਕੌਂਸਲ ਦੀ ਹੈ ਉਹ ਘਟਾਈ ਜਾਵੇ, ਅਤੇ ਅੱਜ ਆਨਰੇਬਲ ਸੁਪਰੀਮ ਕੋਰਟ ਨੇ 750 ਰੁਪਏ ਫੀਸ ਕਰਤੀ ਹੈ। ਅਤੇ ਸੈਕੰਡਲੀ ਸਾਡੀ ਇਹ ਮੰਗ ਸੀ ਕਿ ਡਿਊਰਿੰਗ ਜਦੋਂ ਵੁਮਨ ਲਾਇਰ ਜਦੋਂ ਪ੍ਰੈਗਨੈਂਸੀ ਟਾਈਮ ਉਹਨਾਂ ਨੂੰ ਜਿਵੇਂ ਸਰਕਾਰੀ ਜੋਬਸ ਜਿਹੜੇ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਆਪਣਾ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਂਦੀ ਹੈ, ਇਸੀ ਸਿਮਿਲਰਲੀ ਆਪਣਾ ਉਹਨਾਂ ਨੂੰ ਵੀ ਵਕੀਲਾਂ ਨੂੰ ਵੀ ਜੋ ਹੈਗੇ ਲੇਡੀਜ਼ ਐਡਵੋਕੇਟ ਨੇ ਡਿਊਰਿੰਗ ਪ੍ਰੈਗਨੈਂਸੀ ਟਾਈਮ ਆਲਸੋ ਉਹਨਾਂ ਨੂੰ ਬਾਰ ਕੌਂਸਲ ਜਾਂ ਐਸੋਸੀਏਸ਼ਨ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇਣ, ਤਾਂ ਕਿ ਉਹਨਾਂ ਨੂੰ ਆਪਣਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ। ਨਵੇਂ ਵਕੀਲ ਜਿਹੜੇ ਬਣਦੇ ਨੇ ਉਹਨਾਂ ਲਈ ਤੁਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹੋ ਅੱਗੇ, ਕੋਈ ਫਿਊਚਰ ਕੀ ਕਰ ਰਹੇ ਨਵੇਂ ਵਕੀਲਾਂ ਲਈ? ਜੀ ਮੇਨ ਤਾਂ ਅਸੀਂ ਸਟਾਈਪੈਂਡ ਦੀ ਗੱਲ ਕੀਤੀ ਹੈ ਕਿ ਜਿਵੇਂ ਕੇਰਲਾ ਗਵਰਨਮੈਂਟ ਨੇ ਜਾਂ ਯੂਪੀ ਬਾਰ ਕੌਂਸਲ ਨੇ ਕਿਹਾ ਕਿ ਨਵੇਂ ਵਕੀਲਾਂ ਨੂੰ ਸਟਾਈਪੈਂਡ ਦੇਣਾ ਚਾਹੀਦਾ ਹੈ, 10,000 ਰੁਪਇਆ ਪਰ ਮੰਥ ਆਪਣਾ ਹਰ ਇੱਕ ਯੰਗ ਲਾਇਰ ਨੂੰ ਮਿਲਣਾ ਚਾਹੀਦਾ ਹੈ। ਅਤੇ ਸੈਕੰਡਲੀ ਉਹਨਾਂ ਦੀ ਜੋਬ ਪਲੇਸਮੈਂਟ ਹੋਣੀ ਚਾਹੀਦੀ ਹੈ, ਜੋਬ ਪਲੇਸਮੈਂਟ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਜੋਬ ਨਿਕਲੀ ਹੈ। ਅੱਜ ਦੇ ਟਾਈਮ ਯੰਗ ਲਾਇਰਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਹੈਗਾ ਕਿੱਥੇ ਜੋਬਸ ਨਿਕਲ ਰਹੀਆਂ ਨੇ, ਤੁਸੀਂ ਕੀ ਐਲੀਜੀਬਿਲਟੀ ਕ੍ਰਾਈਟੀਰੀਆ, ਉਹਦੇ ਲਈ ਹੈਲਪ ਡੈਸਕ ਹੋਵੇ ਆਪਣਾ ਬਾਰ ਕੌਂਸਲ ਦੇ ਵਿੱਚ ਹੀ, ਜਿਹੜਾ ਉਹਨਾਂ ਨੂੰ ਇੰਟੀਮੇਟ ਕਰੇ ਕਿ ਇਹਦੀ ਇਹ ਜੋਬ ਨਿਕਲੀ ਹੈ ਜੀ, ਇਹਦੀ ਐਲੀਜੀਬਿਲਟੀ ਕ੍ਰਾਈਟੀਰੀਆ, ਅਤੇ ਤੁਸੀਂ ਆਪਣਾ ਇਹਨੂੰ ਸਬਮਿਟ ਕਰੋ ਫਾਰਮ ਨੂੰ, ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਕੰਟੈਕਟ ਕਰੋ। ਬਾਹਰ ਦੇ ਸਪਰਾਲੇ ਨੂੰ ਕਿੱਦਾਂ ਦੇਖ ਰਹੇ ਜਿਹੜਾ ਅੱਜ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ? ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ ਆਪਣਾ, ਬਹੁਤ ਵੱਡੀ ਗੱਲ ਹੈ ਜੋ ਇੱਕ ਸੱਭਿਆਚਾਰ ਹੈ ਜੋ ਆਪਣੇ ਪੰਜਾਬ ਦਾ ਇੱਕ ਟ੍ਰੈਡੀਸ਼ਨਲ ਜੋ ਇੱਕ ਹੈਗਾ ਕਲਚਰ ਹੈ ਉਹਨੂੰ ਇਹ ਜਾਗਰੂਕ ਕਰਦਾ ਆਪਣਾ। ਇਹ ਤੀਆਂ ਤਾਂ ਦੇਖੋ ਸ਼ੁਰੂ ਤੋਂ ਆਪਣਾ ਗੁਰੂਆਂ ਪੀਰਾਂ ਨੇ ਵੀ ਗੱਲ ਕਹੀ ਹੈ ਕਿ ਜਿਹੜੀ ਧੀਆਂ ਨੇ ਉਹ ਤਾਂ ਵੈਸੇ ਹੀ ਕਰਦੀਆਂ ਸਾਰਾ ਕੁਛ ਜੋ ਰੌਣਕਾਂ ਨੇ ਉਹ, ਤੇ ਉਹਨਾਂ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ, ਘਰ ਵੀ ਸੁਣਾ ਸੁਣਾ ਲੱਗਦਾ। ਬਾਰ ਕੌਂਸਲ ਦੀ ਸੁਣਿਆ ਤੁਸੀਂ ਇਲੈਕਸ਼ਨ ਲੜ ਰਹੇ ਹੋ, ਮਹਿਲਾ ਵਕੀਲਾਂ ਨੂੰ ਕੀ ਵਿਸ਼ਵਾਸ ਦਵਾਇਆ ਤੁਸੀਂ ਆਪਣੇ ਵੱਲੋਂ? ਮੈਂ ਤਾਂ ਜੀ ਵਿਸ਼ਵਾਸ ਆਪਣਾ ਬਹੁਤ ਗੱਲਾਂ ਡਿਸਕਸ ਇਹਨਾਂ ਨਾਲ ਕੀਤੀਆਂ ਨੇ ਕਿ ਜਿਵੇਂ ਇਨਰੋਲਮੈਂਟ ਫੀਸ ਦੇ ਬਾਰੇ ਹੋ ਗਿਆ ਜਾਂ ਆਪਣਾ ਕਿ ਉਹਨਾਂ ਨੂੰ ਡਿਊਰਿੰਗ ਪ੍ਰੈਗਨੈਂਸੀ ਟਾਈਮ ਆਲਸੋ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਊਗੀ ਜਾਂ ਉਹਨਾਂ ਨੂੰ ਆਪਣਾ ਬੈਠਣ ਲਈ ਆਪਣਾ ਜੋ ਇੱਕ ਪ੍ਰੋਪਰ ਅਰੇਂਜਮੈਂਟ ਕੀਤਾ ਜਾਊਗਾ ਆਪਣਾ ਐਸੋਸੀਏਸ਼ਨ ਦੇ ਵਿੱਚ, ਤਾਂ ਕਿ ਆਪਣੇ ਕਲਾਇੰਟਸ ਨੂੰ ਮਿਲ ਸਕਣ, ਤੇ ਨਾਲ ਆਪਣਾ ਕੀ ਹੈ ਇਨਰੋਲਮੈਂਟ ਫੀਸ ਵੀ ਜੋ ਸਟਾਈਪੈਂਡ ਉਹ ਵੀ ਮਿਲੂਗਾ ਉਹਨਾਂ ਨੂੰ, ਤੇ ਨਾਲ ਉਹਨਾਂ ਨੂੰ ਜਿਹੜੇ ਇੰਪੈਨਲਮੈਂਟਸ ਨੇ ਜਿੰਨੇ ਵੀ 2700 ਅਦਾਰੇ ਨੇ ਗਵਰਨਮੈਂਟ ਡਿਪਾਰਟਮੈਂਟਸ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਉਹਨਾਂ ਵਿੱਚ ਉਹਨਾਂ ਨੂੰ ਪਲੇਸਮੈਂਟ ਕਰਾਈ ਜਾਊਗੀ। ਮੈਂ ਆਪਣੇ ਬਾਹਰ ਦੇ ਪ੍ਰਧਾਨ ਸਾਹਿਬ ਦਾ, ਧਾਰਨੀ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਹ ਜਿਹੜੀ ਅਸੀਂ ਰੀਤ ਸ਼ੁਰੂ ਕਰੀ ਸੀ, ਹਜੇ ਸਾਨੂੰ 2 ਸਾਲ ਹੋਏ ਸੀ, ਆਹ ਸਾਡਾ 3ਜਾ ਸਾਲ ਹੈ, ਤੇ ਇਸ ਨੂੰ ਬਰਕਰਾਰ ਰੱਖਣ ਵਿੱਚ ਉਹਨਾਂ ਨੇ ਸਾਨੂੰ ਪੂਰੀ ਹੱਲਾਸ਼ੇਰੀ ਦਿੱਤੀ, ਤਾਂ ਕਿ ਜਿਹੜੇ ਔਰਤਾਂ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੇ ਹੁਣ ਵੀ ਆਪਾਂ ਦੇਖਿਆ ਕਲਕੱਤਾ ਦੇ ਵਿੱਚ ਜਿਹੜਾ ਕਾਂਡ ਹੋਇਆ, ਇਸ ਤਰ੍ਹਾਂ ਦਾ ਕਾਂਡ ਨਾ ਹੋਵੇ, ਕੁੜੀਆਂ ਨੂੰ ਵੱਧ ਤੋਂ ਵੱਧ ਉਹਨਾਂ ਦੇ ਹੱਕ ਮਿਲਣ ਤੇ ਉਹ ਅੱਗੇ ਆਉਣ ਹਰ ਚੀਜ਼ ਦੇ ਵਿੱਚ। ਤੇ ਬਾਰ ਐਸੋਸੀਏਸ਼ਨ ਅਮਲੋਹ ਤੋਂ ਗਰਗ ਸਾਹਿਬ ਗੋਪਾਲ ਕ੍ਰਿਸ਼ਨ ਗਰਗ ਜੀ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ
ਕਿ ਉਹਨਾਂ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਹੈਗਾ ਇਸ ਤੀਜ ਦੇ ਫੰਕਸ਼ਨ ਨੂੰ ਮਨਾਉਣ ਵਾਸਤੇ। ਬਾਕੀ ਮੈਂ ਆਪਣੇ ਸਾਰੇ ਐਡਵੋਕੇਟ ਫਰੈਂਡਸ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ। ਅਤੇ ਦੇਖੋ ਜੀ, ਇਕੱਲੇ ਕੁਛ ਵੀ ਨਹੀਂ ਹੋ ਸਕਦਾ, ਰਲ ਮਿਲ ਕੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ। ਅਤੇ ਮੈਂ ਪਟਿਆਲੇ ਤੋਂ ਜਿਹੜੇ ਰਿਧਿਮਾ ਸੂਦ ਮੈਡਮ ਆਏ ਹੈ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਚੰਡੀਗੜ੍ਹ ਤੋਂ ਮੈਂ ਗੀਤਾ ਮੈਮ ਦਾ ਧੰਨਵਾਦ ਕਰਦੀ ਹਾਂ। ਅਤੇ ਮੋਹਾਲੀ ਤੋਂ ਸਾਡੀ ਡਿਫੈਂਸ ਕੌਂਸਲ ਗੀਤਾਂਜਲੀ ਮੈਮ ਸਾਡੇ ਨਾਲ ਆਏ ਅਤੇ ਉਹਨਾਂ ਨੇ ਸਾਡੇ ਨਾਲ ਇੰਜੋਏ ਕੀਤਾ। ਇਹਦੇ ਨਾਲ ਕੀ ਹੁੰਦਾ, ਸਾਰਿਆਂ ਨੂੰ ਹੌਸਲਾ ਅਫਜਾਈ ਮਿਲਦੀ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਕਿਵੇਂ ਤੈਅ ਕੀਤਾ, ਕਿਵੇਂ ਉਹ ਵਕਾਲਤ ਨੂੰ ਕਾਮਯਾਬ ਕੀਤਾ, ਇਹ ਸਾਰੀ ਗੱਲਾਂ ਸਾਰਿਆਂ ਲਈ ਬਹੁਤ ਮਾਇਨੇ ਰੱਖਦੀਆਂ ਜਿਹੜੇ ਆਉਣ ਵਾਲੇ ਆਪਣੇ ਫਿਊਚਰ ਦੇ ਐਡਵੋਕੇਟ ਨੇ। ਬਸ ਅਸੀਂ ਇਹੀ ਕਹਿੰਦੇ ਹਾਂ ਕਿ ਹਰ ਰੀਤ ਨੂੰ ਜ਼ਿੰਦਾ ਰੱਖਿਆ ਜਾਵੇ, ਉਸਨੂੰ ਹੋਰ ਵਧੀਆ ਇੰਪਰੂਵ ਕੀਤਾ ਜਾਵੇ, ਇਹੀ ਸਾਡੀ ਆਸ ਹੈ ਅਤੇ ਇਹੀ ਸਾਨੂੰ ਭਰੋਸਾ ਹੈਗਾ ਆਪਣੇ ਬਾਹਰ 'ਤੇ ਵੀ ਹੈ, ਕਿਉਂਕਿ ਬਾਹਰ ਸਾਨੂੰ ਹਰ ਵਾਰ ਤਿਆਰ ਹੈ ਸਾਡੇ ਲਈ ਸਭ ਕੁਛ ਕਰਨ ਲਈ। ਥੈਂਕ ਯੂ ਵੈਰੀ ਮੱਚ। ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਸਾਡਾ ਪੰਜਾਬ ਦਾ ਕਲਚਰ ਹੈ ਜੀ, ਠੀਕ ਆ, ਸੋ ਕਲਚਰ ਸਾਡਾ ਕਿਤੇ ਨਾ ਕਿਤੇ ਨਵੀਂ ਜਨਰੇਸ਼ਨ ਜੋ ਕਿ ਹਰ ਟਾਈਮ ਫੋਨਾਂ ਦੇ ਵਿੱਚ, ਰੀਲਾਂ ਦੇ ਵਿੱਚ, ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਆ, ਉਹਨਾਂ ਨੂੰ ਕਿਤੇ ਨਾ ਕਿਤੇ ਸਾਡੇ ਪੰਜਾਬ ਦਾ ਕਲਚਰ ਕੀ ਸੀ, ਤੀਆਂ ਕੀ ਸੀ, ਤੀਆਂ ਦਾ ਆਪਣਾਪਣ ਕੀ ਸੀ, ਆਪਣੀਆਂ ਗੱਲਾਂ ਸਾਂਝੀਆਂ ਕਰਨੀਆਂ ਕੀ ਸੀ, ਜਿੱਦਾਂ ਸਾਡੀ ਔਰਤਾਂ, ਸਾਡੀਆਂ ਭੈਣਾਂ ਹਰ ਵਾਰੀ, ਹਾਂਜੀ ਹਰ ਵਾਰੀ ਆਪਣੇ ਘਰ ਦੇ ਰੁਝੇਵੇਂ ਕੰਮਾਂ ਦੇ ਵਿੱਚ, ਚਾਹੇ ਉਹ ਫੀਲਡ ਦੇ ਵਿੱਚ ਨੇ, ਕਿਤੇ ਵੀ ਨਹੀਂ, ਉਹ ਬਿਜ਼ੀ ਰਹਿੰਦੀਆਂ ਨੇ, ਬਟ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਜੋ ਸਾਡਾ ਪਿੱਛੋਂ ਸਾਡੇ ਸਮਾਜ ਵਿੱਚ ਜੋ ਸਾਡਾ ਤਿਉਹਾਰ ਆ, ਸਾਡਾ ਇੱਕਪਣ ਹੁੰਦਾ ਹੈ ਨਾ, ਜਿਸ 'ਚ ਸਾਨੂੰ ਅਸੀਂ ਆਪਣੇ ਦੁੱਖ ਸੁੱਖ ਵੀ ਸਾਂਝੇ ਕਰ ਸਕੀਏ, ਅਸੀਂ ਕੁਛ ਅੱਗੇ ਵਾਰੀ ਵੀ ਵੱਧ ਸਕੀਏ। ਸੋ ਸਾਡੀ ਵੈਸੇ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਆ ਸੀ ਕਿ ਜੋ ਸਾਡੀ ਨਵੀਂ ਫੀਮੇਲ ਮੈਂਬਰਸ ਆਈਆਂ ਨੇ ਉਹਨਾਂ ਨੂੰ ਅਸੀਂ ਆਹ ਦਿਖਾ ਸਕੀਏ ਕਿ ਹਾਂ ਅਸੀਂ ਜੇ ਇੱਥੇ ਵਕਾਲਤ ਕਰਦੇ ਹਾਂ, ਵਕਾਲਤ ਦੇ ਨਾਲ ਕੁੜੀਆਂ ਜਿੱਦਾਂ ਕਿਸੇ ਵੀ ਫੀਲਡ ਵਿੱਚ ਕਿਸੇ ਤੋਂ ਘੱਟ ਨਹੀਂ, ਅਤੇ ਅਸੀਂ ਉਹਨਾਂ ਨੂੰ ਆਹ ਵੀ ਦਿਖਾਉਣਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਨਵੀਆਂ ਐਡਵੋਕੇਟ ਸਾਰੀਆਂ ਨੇ ਉਹ ਮੈਂਟਲੀ ਬਰਡਨ ਦੇ ਵਿੱਚ ਇੰਨਾ ਕੁ ਨਾ ਰੁੱਝਣ ਕਿ ਉਹਨਾਂ ਨੂੰ ਆਪਣੇ ਤਿਉਹਾਰਾਂ ਦਾ, ਆਪਣੇ ਪਿਛੋਕੜ ਦਾ ਕੁਛ ਨਾ ਪਤਾ ਲੱਗੇ। ਸੋ ਸਾਡੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼ ਸੀ ਕਿ ਅਸੀਂ ਸਾਰੀਆਂ ਇੱਕ ਹੋਈਏ, ਭਾਵੇਂ ਨਵੇਂ, ਭਾਵੇਂ ਪੁਰਾਣੇ, ਭਾਵੇਂ ਵੱਡੇ, ਭਾਵੇਂ ਛੋਟੇ, ਅਸੀਂ ਇੱਕ ਹੋਈਏ, ਉਹਨਾਂ ਨੂੰ ਦੱਸ ਕੇ ਕਿ ਹਾਂ ਕੀਆਂ ਦਾ ਤਿਉਹਾਰ ਕੀ ਹੁੰਦਾ। ਅਤੇ ਅਸੀਂ ਸਾਡੇ ਜਿੰਨੇ ਵੀ ਸਨਮਾਨਿਤ ਗੈਸਟ ਅਸੀਂ ਬੁਲਾਏ, ਗਰਗ ਸਾਹਿਬ, ਗੀਤਾਂਜਲੀ ਮੈਮ ਹਨਾ ਜੀ, ਸੋ ਉਹਨਾਂ ਨੇ ਸਾਨੂੰ ਆਪਣੇ ਵਧੀਆ ਵਧੀਆ ਵਿਊਜ਼ ਦਿੱਤੇ ਅਤੇ ਮੈਂ ਸਭ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਅੱਗੇ ਨੂੰ ਅਸੀਂ, ਹਾਂਜੀ ਅੱਗੇ ਨੂੰ ਅਸੀਂ ਆਪਣੇ ਤੀਆਂ ਤਿਉਹਾਰ ਹਰ ਸਾਲ ਮਨਾਵਾਂਗੇ। ਤੁਹਾਡਾ ਸਭ ਦਾ ਜੀ ਇਹਦੇ ਵਿੱਚ ਸਹਿਯੋਗ ਚਾਹੁੰਦੇ ਹਾਂ।